subscribe to our YouTube channel. Press the bell icon to get the latest updates. ਫੋਕਪੁਰ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਵਾਰਦਾਤਾਂ ਨੇ ਕੀਤਾ ਲੋਕਾਂ ਦਾ ਜੀਣਾ ਹਰਾਮ। ਦੋ ਵਾਰਦਾਤਾਂ ਤੋਂ ਬਾਅਦ ਅੱਜ ਫੋਕਪੁਰ ਪੁਲਿਸ ਵੱਲੋਂ ਦੋ ਚੋਰਾਂ ਨੂੰ ਲਿਆ ਗਿਆ ਹਿਰਾਸਤ ਵਿੱਚ। ਪੰਜਾਬ ਦੀ ਕਾਨੂੰਨ ਵਿਵਸਥਾ ਰੱਬ ਆਸਰੇ ਤੇ ਚੱਲ ਰਹੀ ਹੈ। ਰੋਜ਼ਾਨਾ ਫੋਕਪੁਰ ਵਿੱਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ। ਅੱਜ ਇੱਕ ਰਸਤੇ ਵਿੱਚ ਜਾ ਰਹੀ ਇੱਕ ਔਰਤ ਨੂੰ ਖੋਹਬਾਜ਼ਾਂ ਵੱਲੋਂ ਰਿਵਾਲਵਰ ਦਿਖਾ ਕੇ ਉਸ ਤੋਂ ਨਕਦੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ ਅਤੇ ਬਾਅਦ ਵਿੱਚ ਜੰਮੂ ਨੈਸ਼ਨਲ ਹਾਈਵੇ ਤੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਅਤੇ ਜਿਸ ਤੋਂ ਰਿਵਾਲਵਰ ਦਿਖਾ ਕੇ ਨਕਦੀ ਖੋਹ ਕੇ ਚੋਰ ਉੱਥੋਂ ਵੀ ਫਰਾਰ ਹੋ ਗਏ। ਹਾਲਾਂਕਿ ਭੋਗਪੁਰ ਪੁਲਿਸ ਵੱਲੋਂ ਦੋ ਚੋਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪਰ ਪੁਲਿਸ ਅਜੇ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਪਰ ਜਿਸ ਤਰ੍ਹਾਂ ਨਾਲ ਰੋਜ਼ਾਨਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤਾਂ ਸ਼ਹਿਰ ਵਾਸੀ ਪੁਲਿਸ ਦੀ ਕਾਰਗੁਜ਼ਾਰੀ ਤੋਂ ਤੰਗ ਆ ਚੁੱਕੇ ਹਨ ਅਤੇ ਜੇਕਰ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਨਾ ਰੁਕੀਆਂ ਤਾਂ ਲੋਕਾਂ ਵੱਲੋਂ ਪੁਲਿਸ ਖਿਲਾਫ ਧਰਨਾ ਪ੍ਰਦਰਸ਼ਨ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਬੰਦੇ ਆਏ ਮੇਰੇ ਕੋਲ ਕੋਈ ਇੱਕ ਡੇਢ ਵਜੇ ਟਾਈਮ ਹੀ ਤੇ ਉਹ ਕਹਿੰਦੇ ਕਿ ਆਈਪੀ ਦੀ ਫੋਟੋ ਤੇ ਕਿੰਨ ਨਹੀਂ ਹੈਗੀ ਤੇਰੇ ਕੋਲ। ਮੈਂ ਭਾਈ ਮੇਰੇ ਕੋਲ ਹੈਗੀ 5:30 ਬੋਲ ਉਹ ਮੈਂ ਗਾਂ ਹੋਇਆ ਬਹੁਤ ਤੱਕ ਮਾਤੇ ਜਿੱਦੇ ਅੰਦਰ ਹੋਇਆ ਹਲੇ ਪਿਸਟਲ ਕੱਢਦੀ ਕਹਿੰਦੇ ਦਿੰਨੇ ਪੈਸੇ ਹੈ ਕਿ ਤੇਰੇ ਕੋਲ ਪੈਸੇ ਸਾਰੇ ਕਾ ਦੇ ਦੇ ਤੇ ਤੈਨੂੰ ਉੱਥੇ ਠੋਕ ਦੇਣਾ। ਦੋ ਬੰਦੇ ਆਏ ਸੀ ਕਿਲਾ ਜਾਂ ਤੋਲੀਆ ਪਰ ਫਿਰ ਟੀ ਸ਼ਰਟ ਦੀ ਉਹ ਪੈਸੇ ਪੁਸੇ ਲਿਖਿਆ ਫਿਰ ਜਾ ਗਏ। ਇੱਕ ਨਾਲ ਦਾ ਉਹਨੂੰ ਕਹਿੰਦਾ ਇਹਨੂੰ ਉੱਥੇ ਠੋਕ ਦੇ ਇਹਨਾਂ ਕਿ ਕੇਸ ਨੂੰ ਫੋਨ ਕਰਦੇ ਬਈ ਪੁਲਿਸ ਪੁਲਿਸ ਨੂੰ ਉਹ ਮੈਂ ਫਿਰ ਪਿੱਛੇ ਭੱਜ ਗਿਆ ਜਾਣ ਮੈਂ ਪਹਿਲਾਂ ਆਪਣੀ ਜਾਣ ਬਚਾਓ। ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ? ਮੈਂ ਇਹ ਕਹਿੰਦਾ ਕਿ ਅੱਜ ਕੱਲ੍ਹ ਚੋਰੀ ਸ਼ਰਿਆਂ ਹੋ ਰਹੀ ਹੈ ਤਿੰਨੇ ਸਵੇਰੇ ਮਤਲਬ ਅਗਰ ਕੋਈ ਚੋਰੀ ਇੰਨਾ ਡਰ ਹੈ ਨਹੀਂ ਕਿ ਮਤਲਬ ਅੱਗੇ ਫਿਰ ਵੀ ਕੋਈ ਚੋਰੀ ਹੈ ਨਹੀਂ ਹੈਗੀ ਅਗਰ ਸ਼ਰਿਆਂ ਹੁੰਦੀ ਗਈ ਚੋਰੀ ਕੋਈ ਹੈ ਨਹੀਂ ਕੋਈ ਵੀ ਧੰਨਵਾਦ ਭਾਜੀ। ਸਰ ਮੈਂ ਨਾ ਆਪਣੇ ਸਹੁਰੇ ਪਿੰਡ ਦਾਤੇ ਤੋਂ ਆ ਰਹੀ ਸੀਗੀ ਇੱਧਰ ਸਗਰਾ ਵਾਲੀ ਆ ਮੇਰੇ ਪੇਕੇ ਉੱਥੇ ਆ ਰਹੀ ਸੀ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਸੀਗੀ ਅਤੇ ਫਿਰ ਮੈਂ ਇੱਥੇ ਆ ਰਹੀ ਸੀ ਤਾਂ ਮੈਂ ਉਹ ਸੈਦੂਪੁਰ ਤੋਂ ਗਾਂ ਥੋੜ੍ਹੀ ਜਿਹੀ ਆਈ ਉੱਥੇ ਫੈਕਟਰੀ ਆ ਗੱਦਿਆਂ ਦੀ ਉਹਦੇ ਲਾਗੇ ਜੇ ਆਣ ਕੇ ਦੋ ਮੋਟਰਸਾਈਕਲ ਵਾਲਿਆਂ ਨੇ ਮੈਨੂੰ ਓਵਰਟੇਕ ਕੀਤਾ ਅਤੇ ਉਹਨਾਂ ਨੇ ਨਾ ਮੇਰੇ ਮੋਹਰੇ ਲਗਾ ਲਿਆ ਮੋਟਰਸਾਈਕਲ ਅਤੇ ਮੈਨੂੰ ਰੋਕ ਕੇ ਤਾਂ ਉਹਨਾਂ ਦੇ ਹੱਥ 'ਚ ਛੋਟ ਪਿਸਟਲ ਸੀਗੀ ਇੱਕ ਉਤਰ ਕੇ ਆਇਆ ਅਤੇ ਉਹਨਾਂ ਨੇ ਇੱਦਾਂ ਸਾਡੇ ਵੱਲ ਨੂੰ ਪਿਸਟਲ ਕਰਤੀ ਅਤੇ ਸਾਨੂੰ ਕਹਿੰਦੇ ਕਿ ਤੈਨੂੰ ਕਹਿਣਾ ਕੁਛ ਨਹੀਂ ਹੈਗਾ ਜੋ ਵੀ ਤੁਹਾਡੇ ਕੋਲ ਹੈਗਾ ਤੁਸੀਂ ਕੱਢ ਦਿਓ। ਠੀਕ ਆ ਮੈਂ ਤੁਹਾਨੂੰ ਸਭ ਕੁਝ ਦੇ ਦੂੰਗੀ ਮੇਰੇ ਬੱਚੇ ਨੂੰ ਕੁਛ ਨਾ ਕਰਿਓ ਅਤੇ ਫਿਰ ਉਸ ਤੋਂ ਬਾਅਦ ਨਾਲ ਹੀ ਉੱਥੇ ਇੱਕ ਸਕੂਟਰੀ ਅਤੇ ਨੰਗੇ ਇੱਕ ਸਰਦਾਰ ਜੇ ਬਜ਼ੁਰਗ ਸੀਗੇ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਵੀ ਸੀ ਮੈਂ ਉਹਨਾਂ ਨੂੰ ਵੀ ਕਿਹਾ ਅੰਕਲ ਜੀ ਰੋਕਿਓ ਪਲੀਜ਼ ਭਟਕੇ ਉਹਨਾਂ ਨੇ ਵੀ ਰੋਕਿਆ ਨਹੀਂ ਉਹਨਾਂ ਦੀ ਪਿਸਟਲ ਦੇਖ ਲਈ ਨਾ ਉਹਨਾਂ ਦੇ ਹੱਥ ਦੇ ਵਿੱਚ ਅਤੇ ਫਿਰ ਉਹ ਵੀ ਇੱਦਾਂ ਚਲੇ ਗਏ। ਫਿਰ ਮੈਂ ਉਹਨਾਂ ਕਹਿੰਦੇ ਤੈਨੂੰ ਸੁਣਦਾ ਨਹੀਂ ਹੈਗਾ ਤੈਨੂੰ ਇੱਕ ਵਾਰ ਕਿਹਾ ਜੇ ਤੂੰ ਨਹੀਂ ਚਾਹੁੰਦੀ ਕੁਛ ਹੋਵੇ ਤਾਂ ਚੁੱਪ ਕਰਕੇ ਸਮਾਨ ਕੱਢ ਦੇ। ਫਿਰ ਮੇਰਾ ਜਿੱਦਾਂ ਕਿੱਟ ਦੇ ਵਿੱਚ ਸੀਗਾ ਪਰਸ ਮੈਂ ਜਿੱਦਾਂ ਹੀ ਜੇਬ ਖੋਲ੍ਹੀ ਉਹਨਾਂ ਨੇ ਪਰਸ ਧੂ ਕੇ ਅਤੇ ਉਹ ਫਿਰ ਉੱਥੋਂ ਚਲੇ ਗਏ।